ਨਾਲ ਲੱਗਦੇ ਪਹਾੜੀ ਇਲਾਕੇ 'ਚ ਹੋਈ ਬਰਸਾਤ ਨੇ ਪ੍ਰਸ਼ਾਸਨ ਦੀ ਪੁਲ ਖੋਲ ਕੇ ਰੱਖ ਦਿੱਤੀ ਹੈ। ਲੱਖਾਂ ਰੁਪਏ ਲਗਾ ਬਣਾਏ ਪੁਲ ਦੇ ਬਾਵਜੂਦ ਵੀ ਕਈ ਪਿੰਡ ਪਠਾਨਕੋਟ ਨਾਲੋਂ ਕੱਟ ਗਏ ਨੇ। ਲੋਕਾਂ ਵੱਲੋਂ ਪ੍ਰਸ਼ਾਸਨ ਦੀ ਇਸ ਨਲਾਇਕੀ ਦੇ ਚੱਲਦੇ ਰੋਸ ਜਤਾਇਆ ਗਿਆ। ਬਰਸਾਤ ਦੇ ਚੱਲਦੇ ਚੱਕੀ ਹਰਿਆਲ ਨਰਾਇਣਪੁਰ ਸੜਕ ਤੇ ਪੈਂਦੇ ਡੁਗਲੀ ਖੱਡ 'ਚ ਆਏ ਪਾਣੀ ਦੇ ਚੱਲਦੇ ਬਾੜ ਦਾ ਖਦਸ਼ਾ ਬਣ ਗਿਆ। पहाड़ा च हुई बरसात के चलते डुगली खड्ड ने अपना भयानक रूप धारण कर लिया, जिसके चलते कई पिंड पठानकोट नालों कट गए ने। लोगों वालों कहा गया कि हर साल बरसात के दिनों च इस खड्ड के विच बाढ़ आती है, जिसके चलते लोगों वालों दो पुल बनाने की मांग भी रखी गई सी। जो पुल प्रशासन वालों इस खड्ड ते बनाया गया उसका लोगों को कोई लाभ नजर नहीं आ रहा। पुल के दोनों तरफ ही बाढ़ वर्गी स्थिति बनी हुई है। पुल एक टापू वांग नजर आ रहा है, जिसके चलते दूर दूर तक पानी ही पानी नजर आ रहा है। तो लोगों वालों इस पुल का फायदा ना होने करके प्रशासन खिलाफ रोष भी प्रकट किया गया। ਸਾਡਾ ਗ੍ਰੇਟ ਲਾ ਕੇ ਧੁੱਸੀ ਲਾ ਕੇ ਤੇ ਪੁਲ ਦੇ ਪਾਣੀ ਜਿਹੜਾ ਵਿੱਚ ਜਾਣਾ ਚਾਹੀਦਾ, ਪੁਲ ਬਣਾ ਕੇ ਚੱਲ ਗਏ। ਪੁਲ ਵਾਲੀ ਥਾਂ ਉੱਚੀ ਹੈ ਤੇ ਪਾਣੀ ਬਾਹਰ ਜਾ ਰਿਹਾ, ਸਲੈਪ ਤੋਂ ਬਾਹਰਲੇ ਪਾਸੇ ਪਾਣੀ ਜਾ ਰਿਹਾ ਔਰ ਬਹੁਤ ਹੀ ਬੁਰਾ ਹਾਲ ਹੈ। ਮੇਰੀ ਸਰਕਾਰ ਦੇ ਅੱਗੇ ਬੇਨਤੀ ਹੈ ਵੀ ਇਹਦੇ ਅੱਗੇ ਜਾਂ ਥੋੜ੍ਹਾ ਬਹੁਤਾ ਪੁਲੀ ਹੋਰ ਬਣਾਈ ਜਾਏ, ਜਾਂ ਫਿਰ ਇਹਦਾ ਅਗਲਾ ਪਾਸਾ ਜਿਹੜਾ ਪੁਲ ਦੇ ਮੂੰਹ ਜਿਹੜਾ ਇਹਦਾ ਗਹਿਰਾ ਕਰਕੇ ਅਤੇ ਇਹਨੂੰ ਮਤਲਬ ਗਹਿਰਾ ਕਰਕੇ ਕ੍ਰੇਟ ਲਾ ਕੇ ਅਤੇ ਧੁੱਸੀ ਬਣਾਈ ਜਾਏ। ਮੇਰੀ ਬੇਨਤੀ ਹੈ ਸਰਕਾਰਾਂ ਦੇ ਅੱਗੇ ਵੀ ਇਹਦੀ ਗੌਰ ਕਰਨ, ਇਹ ਸਾਨੂੰ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ। ਬੜੇ ਸਾਲਾਂ ਤੋਂ ਡੁਗਲੀ ਖੱਡ ਲਧੇਟੀ ਦੇ ਪੁਲ ਦੀ ਮੰਗ ਕਰ ਰਹੇ ਸੀ, ਜਿਹੜਾ ਕਿ ਸਰਕਾਰ ਨੇ ਐਡੀਸ਼ਨ ਸਾਹਿਬ ਨੇ ਮੌਕੇ 'ਤੇ ਆ ਕੇ ਦੇਖਿਆ, ਮੌਕਾ ਕਰਕੇ ਇੱਥੇ ਦੋ ਪੁਲ ਬਣਾਉਣ ਦੀ ਪਲਾਨ ਬਣੀ ਸੀ, ਜਿਹੜਾ ਕਿ ਵਿਭਾਗ ਨੇ ਇੱਕ ਪੁਲ ਬਣਾਇਆ। ਪਾਣੀ ਪੁਲ ਤੋਂ ਬਾਹਰ ਜਾ ਰਿਹਾ, ਸਾਡੇ ਲੋਕਾਂ ਨੂੰ ਜ਼ਰਾ ਵੀ ਇਸ ਪੁਲ ਦਾ ਫਾਇਦਾ ਨਹੀਂ ਹੋਇਆ। ਘੱਟ ਤੋਂ ਘੱਟ ਅੱਧੀ ਦਰਜਨ ਪਿੰਡ ਕੱਟ ਗਏ ਨੇ। ਅਸੀਂ ਮੁੜ ਕੇ ਸਰਕਾਰ ਅੱਗੇ ਇਹ ਮੰਗ ਕਰਦੇ ਹਾਂ ਕਿ ਜੇ ਜਿਹੜਾ ਕੰਮ ਸਹੀ ਨਹੀਂ ਹੋਇਆ ਮੁੜ ਕੇ ਸਹੀ ਕੀਤਾ ਜਾਏ, ਤਾਂ ਜੋ ਪਾਣੀ ਸਹੀ ਢੰਗ ਨਾਲ ਪੁਲਾਂ ਦੇ ਥੱਲੇ ਲੰਘੇ ਤੇ ਲੋਕਾਂ ਨੂੰ ਰਾਹਤ ਮਿਲੇ।